ਲੈ ਗਏ ਅਸੀਂ ਪਿਛਲੇ 4 ਸਾਲ ਤੋਂ ਪਾਕਿਸਤਾਨ ਸਰਕਾਰ ਦੁਆਰਾ ਬੰਦਾ ਕਮੇਟੀ ਨਾਲ ਤੇ ਆਕਾਫ ਬੋਰਡ ਨਾਲ ਸੰਪਰਕ ਵਿੱਚ ਸੀ। ਔਰ ਖਾਲੀ ਉਥੇ ਨਹੀਂ ਹਿੰਦੁਸਤਾਨ ਵਿੱਚ ਪਾਕਿਸਤਾਨ ਵਾਸੀ ਨਾਲ ਵਿੱਚ ਜਿਸ ਤਰ੍ਹਾਂ ਅਸੀਂ 2005 ਨੂੰ ਨਗਰ ਕੀਰਤਨ ਲੈ ਗਏ ਸੀ ਉਹ ਜਿਆ ਨਗਰ ਕੀਰਤਨ ਅਸੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਸਤ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਉਹਨਾਂ ਘਰਾਂ ਸਭ ਲੈ ਜਾਣਾ ਚਾਹੁੰਦੇ ਆ। ਜਿਸ ਦੀ ਪਰਮਿਸ਼ਨ ਉਹਨਾਂ ਨੇ ਪਹਿਲੇ ਸਾਲ ਦੇ ਦਿੱਤੀ ਸੀ 2017 ਪਰ ਚਿੱਠੀ 2018 ਲਿਖੇ ਸਨ ਫਿਰ ਅਸੀਂ ਉਹਨਾਂ ਕਹੇ ਵੀ ਇਹ 2018 ਨਹੀਂ 2019 ਹੈ ਜਿਹਦੀ ਪਰਮਿਸ਼ਨ ਉਹਨਾਂ ਨੇ ਸਾਨੂੰ ਦਸੰਬਰ 28 ਨੂੰ ਦਿੱਤੀ ਸੀ ਪਰ ਪਰਸਨਲੀ ਅਸੀਂ ਚਿੱਠੀ ਨਹੀਂ ਲੈ ਜਾਣ ਸਕੇ ਉਹਨਾਂ ਈਮੇਲ ਰਾਹੀਂ ਚਿੱਠੀ ਭੇਜਤੀ ਸੀ ਕੋਈ ਜ਼ਰੂਰ ਜੀ ਆ ਮੈਂ ਆ ਕਰਕੇ ਕੋਈ ਪਰਿਵਾਰਕ ਮਸਲਾ ਕਰਕੇ ਕੋਈ ਹਾਲਾਤ ਖਰਾਬ ਹੋਣਾ ਕਰੇ ਸੀ 24 April ਨੂੰ ਕਹੇ ਸੀ ਜਿਹੜੀ ਚਿੱਠੀ ਕਾਪ ਬੋਰਡ ਦੇ ਜਿਹੜੇ ਸੀਨੀਅਰ ਅਧਿਕਾਰੀ ਹੈਗੇ ਉਹਨਾਂ ਨੇ ਸਾਨੂੰ ਉਹ ਚਿੱਠੀ ਦੇਤੀ ਸੀ ਔਰ ਕਿ ਐਸੀ ਵੀ ਤੁਸੀਂ ਆਪਣਾ ਪਲਾਨ ਬਣਾ ਕੇ ਸਾਨੂੰ ਦੱਸ ਦਿਓ ਚਿੱਠੀ ਦੀ ਬਾਅਦ ਵਿੱਚ ਅਸੀਂ ਪ੍ਰੋਗਰਾਮ ਬਣਾਇਆ ਵੀ 28 ਅਕਤੂਬਰ ਦੁਵਾਲੀ ਤੋਂ ਦੂਸਰੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਸੀਂ ਨਗਰ ਕੀਰਤਨ ਲੈ ਕੇ ਜਾਣਾ ਹੈ ਔਰ ਆਪਣਾ ਫਰਜ਼ ਸਮਝੋ ਇਹ ਸਭ ਤੋਂ ਪਹਿਲੀ ਚਿੱਠੀ ਜਿਹੜੀ ਅਸੀਂ ਪ੍ਰੈਸ ਨੂੰ ਦੱਸੀਏ ਤੇ ਦਿੱਲੀ ਗੁਰਦੁਆਰਾ ਪੰਧਾ ਕਮੇਟੀ ਨੂੰ ਦਿੱਤੀ ਹੈ ਉੱਥੇ ਮੈਂ 6.5 ਸਾਲ ਬਾਅਦ ਆਪਣੀ ਹੋਮੇਓਪੈਥਿਕ ਪਾਸੇ ਰੱਖ ਕੇ ਉਹਨਾਂ ਨੂੰ ਚਿੱਠੀ ਦੇਣ ਗਿਆ ਇਨਵੀਟੇਸ਼ਨ ਦੇਣ ਗਿਆ ਅੱਜ ਇੱਥੇ ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਏ ਸ਼ਮਨੀ ਗੁਰਦੁਆਰਾ ਪੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸੈਕਟਰੀ ਸਰਦਾਰ ਰੂਪਸ ਉਹਨਾਂ ਨੂੰ ਮੈਂ ਇਹ ਚਿੱਠੀ ਦੇਣ ਆਇਆ ਵਾਂ ਵੀ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ ਔਰ ਸਿੱਖ ਕੌਮ ਦਾ ਮਾਣ ਸਤਕਾਰ ਜਿਹੜੀ ਸਿੱਖਾਂ ਦੀ ਸੁਪਰੀਮ ਜਥੇਬੰਦੀ ਹੈ ਉਸ ਨੂੰ ਅੱਗੇ ਹੋ ਕੇ ਮਾਣ ਸਤਕਾਰ ਦਿਵਾਓ ਦੇਖੋ ਗੱਲ ਹੈਗੇ ਜੀ ਕਾਮਯਾਬੀ ਉਸ ਵਕਤ ਹੋਏਗੀ ਜਦੋਂ ਨਗਰਕੀਰਤਨ ਖੁਸ਼ ਸੂਬੀ ਨਾਲ ਬੰਗਲਾ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਪਹੁੰਚ ਜਾਏਗਾ ਪਹਿਲੇ ਇਹਨੂੰ ਖੁਸ਼ੀ ਮਨਾਵੋ ਕਾਮਯਾਬੀ ਸਮਝੋ ਤਾਂ ਮੈਂ ਉਹਨੂੰ ਠੀਕ ਨਹੀਂ ਸਮਝਦਾ ਸਰ ਜੇ ਕਿਲੀ ਕਮਿਟੀ ਦੇ ਐਸ.ਪੀ.ਸੀ. ਵੱਲੋਂ ਤੁਸੀਂ ਉਹਨਾਂ ਨੂੰ ਆਪਣਾ ਐਸ.ਪੀ. ਦੇਖੋ ਜੀ ਜੇਸਲੇ ਮੈਂ ਚਿੱਠੀ ਦਿੱਤੀ ਸੀ ਡੀਜੀਪੀਸੀ ਦੇ ਜਨਰਲ ਸਖਤਰ ਨੇ ਪ੍ਰਧਾਨਤੈ ਨਹੀਂ ਸੀ ਆਇਆ ਉਹਨੇ ਕਹਿਆ ਸੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਨਗਰ ਕਿਰਤਨ ਸ਼ਾਮਲ ਹੋਵਾਂਗੇ ਬਾਅਦ ਚ ਉਹਨਾਂ ਦੇ ਕੀ ਹੈਗਾ ਮੈਨੂੰ ਨਹੀਂ ਪਤਾ ਅ ਇੱਥੇ ਵੀ ਮੈਨੂੰ ਪੂਰੀ ਉਮੀਦ ਹੈਗੀ ਮੈਂ ਪ੍ਰਧਾਨ ਸਾਹਿਬ ਤਾਂ ਨਹੀਂ ਮਿਲਿਆ ਉਹਨਾਂ ਦੇ ਪੀਏ ਸਾਹਿਬ ਨੂੰ ਚਿੱਠੀ ਦੇਵਾਂਗਾ ਸਰ ਰੂਪ ਸਿੰਘ ਨਾਨ ਨੇ ਕਿਹਾ ਆਸ਼ਵਾਸਨ ਦਿੱਤਾ ਵੇ ਅਸੀਂ ਪੂਰੇ ਸਹਿਯੋਗ ਦੇਣਗੇ ਇਹ ਸਿਰਫ ਸੱਦਾ ਪੱਤਰ ਹੈ ਜਾਂ ਕਿਸੇ ਤਰ੍ਹਾਂ ਦਾ ਸਹਿਯੋਗ ਵੀ ਇਹਨਾਂ ਦੋਵਾਂ ਕਮੇਟੀਆਂ ਤੋਂ ਮੰਗਿਆ ਗਿਆ ਸ਼ਮونی ਕਮੇਟੀ ਕੋਲੋਂ ਤਾਂ ਸਹਿਯੋਗ ਜਿਹੜਾ ਹੈਗਾ ਉਹ ਮੈਂ ਹਰ ਤਰ੍ਹਾਂ ਦਾ ਚਾਹਦਾ ਵਾਂ ਪਰ ਮੈਂ ਕੋਈ ਸਹਿਯੋਗ ਇਹ ਚਾਹਦਾ ਵਾਂ ਕਿ ਨਗਰ ਕ੍ਰਿਸ਼ਨ ਗੁਰਨਾਮ ਸਾਹਿਬ ਦੇ ਪ੍ਰਕਾਸ਼ ਉਸਤੇ ਬਹੁਤ ਸ਼ਾਨਾ ਨਿਕਲੇ ਫਾਈਨੈਂਸ਼ਲੀ ਉਸ ਕਾਲਪੁਰ ਦੀ ਬਖਸ਼ਿਸ਼ ਨਾਲ ਉਸ ਕਾਲਪੁਰ ਦਾ ਆਪਣਾ ਕੰਮ ਹੈ ਉਹਦੇ ਸਹਿਯੋਗ ਦੀ ਲੋੜ ਨਹੀਂ ਨਗਰ ਕੀਰਤਨ ਸਾਹਨਾ ਰੂਪ ਵਿੱਚ ਨਿਕਲੇ ਉਹਦੇ ਸਹਿਯੋਗ ਦੀ ਮੈਨੂੰ ਨਾਲ ਕੋਲ ਉਮੀਦ ਵੀ ਹੈ ਔਰ ਆਪਣੇ ਦੇਣਗੇ ਇਹ ਇਸ ਇਸ ਗੱਲ ਦਾ ਜਵਾਬ ਤੁਸੀਂ ਸਰ ਰੂਪ ਸਿੰਘ ਕੋਲ ਪੁੱਛੋ ਤੇ ਜ਼ਿਆਦਾ ਬਿਹਤਰ ਹੈ ਕਿੰਨੇ ਵੀਜ਼ੇ ਦੇ ਰਹੀ ਹੈ ਜੀ ਪਾਕਿਸਤਾਨ ਨੇ ਪਾਕਿਸਤਾਨ ਦੇ ਮੈਨੂੰ ਘੱਟੋ ਘਾਟ 1500 ਰੁਪਏ ਜਿੱਤਾ ਭੇਜਣ ਦੀ ਜਿਆਦਾ ਦਿੱਤੀ ਹੈ ਔਰ ਤੁਹਾਨੂੰ ਇਹ ਗੱਲ ਹੋ ਰਹੀ ਮੈਂ ਕਹਦੇ ਆ ਪਾਕਿਸਤਾਨ ਸਰਕਾਰ ਨੇ ਸਾਨੂੰ ਇਹ ਵੀ ਜੱਦ ਦਿੰਦੀ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਉਸਤ ਤੱਕ 15 ਅਕਤੂਬਰ ਤੱਕ ਜਿੱਤਰੇ ਵੀ ਜੱਥੇ ਹਿੰਦੁਸਤਾਨ ਤੋਂ ਆਉਣਾ ਚਾਹਣ ਉਹਨਾਂ ਨੂੰ 10 ਦਿਨ ਦਾ ਵੀਜ਼ਾ ਪਾਕਿਸਤਾਨ ਸਰਕਾਰ ਦੇਗੀ ਬਾਈ ਰੋਡ ਦੇਗੀ ਉਹਨਾਂ ਦੇ ਜਾਣ ਆਣ ਦਾ ਖਰਚਾ ਉਹ ਖੁਦ ਯਾਤਰੀ ਜਿਹੜੇ ਹਨ ਉਸ ਸੰਗੇ ਪ੍ਰਬੰਧ ਉਹਨਾਂ ਦਾ ਹੋਵੇਗਾ 2005 ਹੁਣ ਕਈ ਗੱਲਾਂ ਹੈਗੀਆਂ ਜਿਹੜੀਆਂ ਇੱਥੇ ਨਹੀਂ ਮੈਂ ਕਰ ਸਕਦਾ ਪਰ ਅਕਾਲ ਪੁਰਖ ਨੇ ਸੋਚ ਸਾਨੂੰ ਦਿੱਤੀ ਸੀ ਪਹਿਲੇ ਨਗਰ ਕੀਰਤਨ ਦੀ ਵੀ ਦੂਸਰੇ ਦੀ ਸੋਚ ਸਾਨੂੰ ਦਿੱਤੀ ਹੈ ਔਰ ਅਸੀਂ ਇਹ ਦੂਸਰਾ ਜੱਥਾ ਹੋਏਗਾ ਨਾ 2005 ਤੋਂ ਪਹਿਲੇ ਨਾ 2005 ਤੋਂ ਲੈ ਕੇ 19 ਤੱਕ ਇਸ ਜਿਹੜੀ ਬਖਸ਼ਿਸ਼ ਅਕਾਲਪੁਰ ਦੀ ਸਾਡੇ ਪਾਰਟੀ ਦੇ ਸਾਡੇ ਦਿੱਲੀ ਦੀ ਸੰਗਤ ਦੇ ਸਿਰ ਤੇ ਆ। ਹੁਣੇ ਕਮੇਟੀ ਸਦਾ ਦੇਵਨਾਂ ਦੇਵੇ ਮੈਂ ਜਿੰਨਾ ਕੀਰਤਨ ਸਮਾਗਮਾਂ ਜਾਣਾ ਉਹ ਜਾਣਾ। ਹੁਣ ਇੱਥੇ ਕੋਈ ਸਦਾ ਪੱਤਰ ਦੇਣ ਆਏ ਦਰਬਾਰ ਸਾਹਿਬ ਲੱਖਾਂ ਆਦਮੀ ਦਰਸ਼ਨ ਕਰਦੇ ਪਹਿਨ। ਇਸ ਵਾਸਤੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਸਤ ਦੇ ਸਦਾ ਪੱਤਰ ਦੀ ਲੋੜ ਨਹੀਂ। ਸਟੇਜ ਤੇ ਨਹੀਂ ਬੈਠਾਂਗਾ ਇੱਥਾਂ ਬੈਠਾਂਗਾ ਕੀਰਤਨ ਸੁਣ ਤੋਂ ਤੇ ਮਨ ਕੋ ਮਨਾਈ ਨਹੀਂ ਹੈ।